ਮਤਲਬ ਜਿਹੜਾ ਰੌ ਦੇ ਵਿੱਚ ਬਦਲਿਆ ਹੋਇਆ, ਜਿਹੜੀ ਇੱਥੋਂ ਦੇ ਸਰਕਾਰ ਅਤੇ ਜਿਹੜੀ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੈ ਅੱਜ ਸਾਹਮਣੇ ਆਈ ਹੋਈ ਹੈ। ਇਹ ਕਿਸਾਨਾਂ ਦੀ ਹਤੈਸ਼ੀ ਕਹਾਉਣ ਵਾਲੀ ਸਰਕਾਰ, ਆਪਣੇ ਮਜ਼ਦੂਰਾਂ ਦੀ ਹਤੈਸ਼ੀ ਕਹਾਉਣ ਵਾਲੀ ਸਰਕਾਰ। ਵੀ ਜਿਹੜੇ ਸਾਡੇ ਆਗੂ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਰਿਹਾ ਕਰੋ, ਗੰਨਾ ਮਿੱਲ ਚਾਲੂ ਕਰੋ, ਜਿਹੜਾ ਗੰਨੇ ਦਾ ਪਿਛਲਾ ਬਕਾਇਆ ਰਹਿੰਦਾ ਉਹ ਕਿਸਾਨਾਂ ਨੂੰ ਦਿਓ। ਅੱਜ ਇਹ ਜੀ ਸਾਡਾ ਗੰਨਾ ਮਿੱਲ ਦੇ ਮਾਮਲੇ ਦੇ ਵਿੱਚ ਸਾਡਾ ਗੰਨਾ ਇਹਨਾਂ ਨੇ ਖਰੀਦਣ ਦੀ ਜ਼ਿੰਮੇਵਾਰੀ ਇੱਥੋਂ ਦੀ ਪ੍ਰਾਈਵੇਟ ਜਿਹੜੀ ਮਿੱਲ ਹੈ ਭਗਵਾਨਪੁਰਾ, ਉਹਨੇ ਸਰਕਾਰ ਨੇ ਮਤਲਬ ਸਾਡੀ ਗਰੰਟੀ ਲਈ ਤੀ ਵੀ ਜਿਹੜਾ ਇੱਥੋਂ ਦਾ ਗੰਨਾ ਆਇਆ ਹੋਇਆ ਵੀ ਉਹਨੂੰ ਤਾਂ ਅਸੀਂ ਲਹਾਵਾਂਗੇ, ਅਤੇ ਇਹਨੂੰ ਲਹਾ ਕੇ ਅਸੀਂ ਮਕੇਰੀਆਂ ਖੰਡ ਮਿੱਲ ਦੇ ਵਿੱਚ ਮਕੇਰੀਆਂ ਖੰਡ ਮਿੱਲ ਦੇ ਵਿੱਚ ਭੇਜਾਂਗੇ, ਅਤੇ ਜਿਹੜੇ ਤੁਹਾਡੇ ਬਣਦੇ ਬਕਾਏ ਨੇ ਉਹ ਵੀ ਮਤਲਬ ਫੌਰਨੀ ਤੌਰ 'ਤੇ ਦਵਾਵਾਂਗੇ। ਇਹ ਹੁਣ ਸਾਨੂੰ ਇਹ ਹੈ ਵੀ ਸਾਨੂੰ ਨਹੀਂ ਪਤਾ ਵੀ ਜਿੱਥੇ ਨਲਕੇ ਲਾਉਣ, ਅਸੀਂ ਆਜ਼ਾਦ ਲੋਕ ਹਾਂ ਵੀ ਸਾਨੂੰ ਨਾ ਜੇਲ੍ਹਾਂ ਦੀ ਪਰਵਾਹ ਹੈ ਨਾ ਸਾਨੂੰ ਇਹਨਾਂ ਦੇ ਡੰਗਿਆਂ ਦੀ ਪਰਵਾਹ ਹੈ, ਪਰ ਇਹਨਾਂ ਨੇ ਜਿਹੜੀ ਅੱਜ ਸਾਹਿਬ ਜੀਤਿਆਂ ਦਾ ਮਤਲਬ ਜਿੰਦਾ ਦਰਾ ਹੈ, ਇਹਨਾਂ ਨੇ ਅੱਜ ਜਿਹੜਾ ਹੈ ਇੱਕ ਔਰੰਗਜ਼ੇਬ ਦੇ ਮਤਲਬ ਜਿਹੜਾ ਰੌ ਦੇ ਵਿੱਚ ਬਦਲਿਆ ਹੋਇਆ, ਜਿਹੜੀ ਇੱਥੋਂ ਦੇ ਸਰਕਾਰ ਅਤੇ ਜਿਹੜੀ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੈ ਅੱਜ ਸਾਹਮਣੇ ਆਈ ਹੋਈ ਹੈ। ਇਹ ਕਿਸਾਨਾਂ ਦੀ ਹਤੈਸ਼ੀ ਕਹਾਉਣ ਵਾਲੀ ਸਰਕਾਰ, ਆਪਣੇ ਮਜ਼ਦੂਰਾਂ ਦੀ ਹਤੈਸ਼ੀ ਕਹਾਉਣ ਵਾਲੀ ਸਰਕਾਰ ਸਾਡੇ ਬਾਲਿਆਂ ਤੋਂ ਭੱਜੀ ਜਿਹੜੇ ਸਾਡੇ ਆਗੂ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਰਿਹਾ ਕਰੋ, ਗੰਨਾ ਮਿੱਲ ਚਾਲੂ ਕਰੋ, ਜਿਹੜਾ ਗੰਨੇ ਦਾ ਪਿਛਲਾ ਬਕਾਇਆ ਰਹਿੰਦਾ ਉਹ ਕਿਸਾਨਾਂ ਨੂੰ ਦਿਓ। ਜਾਣੀਏ ਸਾਡੇ ਨਾਲ ਪਹਿਲਾਂ ਪੰਜਾਬ ਸਰਕਾਰ ਨੇ ਗੱਲਬਾਤ ਕੀਤੀ ਹੈ, ਉਹ ਮੰਨੇ ਨੇ ਇਹ ਗੱਲ ਵੀ ਅਸੀਂ ਤੁਹਾਡਾ ਪਿਛਲਾ ਬਕਾਇਆ ਦੇਵਾਂਗੇ, ਗੰਨੇ ਦੀ ਖਰੀਦ ਕਰਾਂਗੇ। ਜਾਣੀਏ ਇਸ ਗੱਲ ਤੋਂ ਸਰਕਾਰ ਭੱਜ ਗਈ, ਇਸ ਕਰਕੇ ਸਾਡੇ ਆਗੂ ਨੇ ਜਿਹੜੇ ਉਹ ਗ੍ਰਿਫਤਾਰ ਕਰ ਲਏ। ਅਸੀਂ ਕਹਿੰਦੇ ਵੀ ਸਾਡੇ ਆਗੂਆਂ ਨੂੰ ਰਿਹਾ ਕਰੋ, ਰਿਹਾ ਕਰੋ।